ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਸਾਰਿਆਂ ਦੇ, ਸਵਾਗਤ ਕਰਦੇ ਨਵੇਂ ਬਲੌਗ ਦੇ ਵਿੱਚ। ਅੱਜ ਮਿੱਤਰੋ ਮਰਦੈੜੀ ਪਹੁੰਚੇ ਹਾਂ ਲੰਬੜਦਾਰ ਦੇ ਕੋਲ। ਇਹ ਲੰਬੜਦਾਰ ਦਾ ਵਛੇਰਾ ਤਾਜ ਅਤੇ ਇਹ ਵਛੇਰੀ ਆ ਜੀ ਨੌਕਰੀ। ਇਹ ਅੱਜ ਇਹਦੀ ਚਾਲ ਦਿਖਾਵਾਂਗੇ ਤੁਹਾਨੂੰ, ਬਾਈ ਗੁਰਪ੍ਰੀਤ ਨੇ ਤੋਰੀ ਆ। ਸੋ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਜਿਹੜੀ ਜਿਹੜੀ ਵਛੇਰੀ ਤੋਰੀ ਜਾਊਗੀ ਜਾਂ ਘੋੜਾ ਤੁਰਿਆ ਜਾਊ ਜਿਹੜਾ ਗੁਰਪ੍ਰੀਤ ਕੰਮ ਕਰ ਰਿਹਾ ਜਿਸ ਘੋੜੀ 'ਤੇ, ਅਤੇ ਉਹ ਮੈਂ ਤੁਹਾਨੂੰ ਦਿਖਾਊਂਗਾ। ਇਹ ਗੁਰਪ੍ਰੀਤ ਵੱਲੋਂ ਕਲੀਅਰ ਹੈ ਜੀ, ਠੀਕ ਹੈ ਵੀਰੇ? ਅੱਜ ਆਪਾਂ ਦਿਖਾ ਦਈਏ ਸਾਰਿਆਂ ਨੂੰ। ਇਹ ਸਵਾਰੀਆਂ ਕਿੰਨੀਆਂ ਲੱਗ ਗਈਆਂ ਬਾਈ ਜੀ ਇੱਥੇ? 20 ਸਵਾਰੀਆਂ ਲੱਗ ਗਈਆਂ। 20 ਸਵਾਰੀਆਂ ਦੇ ਵਿੱਚ ਚਾਲ ਪੈ ਗਈ? ਚਾਲ ਪੈ ਗਈ। ਕਿਹੜੀ ਕਿਹੜੀ ਚਾਲ ਪਾਈ ਆਪਾਂ ਇਹਦੇ ਵਿੱਚ? ਛੋਟੀ ਔਰ ਬੜੀ ਵੀਰੇ, ਛੋਟੀ ਤੇ ਵੱਡੀ। ਜ਼ਿਆਦਾਤਰ ਆਪਾਂ ਇਹ ਛੋਟੀ ਤੇ ਵੱਡੀ ਚਾਲ 'ਤੇ ਕੰਮ ਕਰਦੇ ਹਾਂ, ਹੈ ਨਾ ਜੀ? ਅਤੇ ਚਲੋ ਵੀਰੇ ਖੋਲੋ ਇਹਨੂੰ, ਆਪਾਂ ਦੇਖਦੇ ਹਾਂ ਮਿੱਤਰੋ ਅੱਜ ਇਹਨੂੰ ਤੋਰ ਕੇ ਕੀ ਕਹਿੰਦੀ ਹੈ ਵਛੇਰੀ, ਅਤੇ ਕੀ ਕਹਿੰਦਾ ਗੁਰਪ੍ਰੀਤ ਸਵਾਰ ਦਾ ਕਮਾਲ। ਨਾਲੇ ਤੁਹਾਨੂੰ ਵੀ ਦਿਖਾਵਾਂਗੇ ਇਹ ਵਛੇਰਾ। ਸੁੱਖੀ ਵੀਰਾ ਕੀ ਕਹਿੰਦਾ ਫਿਰ ਕਦੋਂ ਤੋਰਨਾ ਬਾਈ? ਇਹ ਵੀਰ ਕਹਿੰਦਾ ਵੀ ਕੱਤੇ 'ਚ ਤੋਰਾਂਗੇ। ਅੱਛਾ, ਅੱਗੇ? ਹਾਂ ਠੀਕ ਹੈ ਜੀ। ਅੱਸੂ ਦੇ ਵਿੱਚੋਂ ਅੱਸੂ ਸਾਲ ਲੰਘ ਕੇ ਜਦ ਕੱਤਾ ਚੱਲ ਪੂਗਾ ਨਾਲੇ ਗਰਮੀ ਲੰਘ ਜੂਗੀ। ਹਾਂ ਹਾਂ ਠੀਕ ਹੈ। ਨਾਲੇ ਵਛੇਰਾ ਹਜੇ ਨਿਆਣਾ ਵੀ ਆ ਕਹਿੰਦੇ, ਜਦੋਂ 2.5 ਸਾਲ ਦਾ ਹੋ ਜੂਗਾ। ਓਕੇ, ਆ ਮੋਟਰਸਾਈਕਲ ਕਰਿਆ ਸਾਈਡ ਤੇ। ਤੇ ਬਾਈ ਕੱਚੇ ਪਾਹੇ ਦੇ ਵਿੱਚ ਤੋਰਦਾ ਜਾਂ ਸੜਕ ਤੇ ਤੋਰਦਾ? ਨਾ ਕੱਚੇ ਜੀ ਵੀਰੇ, ਪੱਕੇ ਜੀ ਵੀ, ਜਿੱਥੇ ਵੀ ਆਪਾਂ ਨੂੰ ਲੱਗੇ ਵੀ ਹਾਂ ਜਾਨਵਰ ਕੱਚਾ ਭਾਲਦਾ ਜਾਂ ਪੱਕਾ ਭਾਲਦਾ, ਦੇ ਹਿਸਾਬ ਨਾਲ ਜਾਂ ਸਵਾਰੀ ਲਾਈ ਤੇ ਜਾਂਦਾ। ਤੇ ਅੱਜੇ ਪਾਹੇ ਦੇ ਠੱਲਾਂ ਪਾਤੀਆਂ? ਹਾਂ ਜੀ ਹਾਂ, ਪੈਰ ਮਾਰਦੀ ਸੀਗੀ ਜੀ ਇਹ। ਮਿੱਤਰੋ ਜੁਗਨੀ ਵਾਸਤੇ ਵੀ ਬਣਾਈਆਂ ਸੀ ਬਾਈ ਨੇ, ਇਹ ਨਾ ਪੈਰਾਂ ਦੇ ਵਿੱਚ ਪਾਤੀਆਂ ਬਾਈ ਨੇ ਠੱਲਾਂ, ਇਹਨੂੰ ਠੱਲਾਂ ਬੋਲਦੇ ਆ। ਤੇ ਬਾਈ ਨੇ ਤਿਆਰ ਕੀਤੀਆਂ ਨੇ ਇਹ ਉਦੋਂ ਬਹੁਤ ਸਮਾਂ ਲੱਗ ਗਿਆ ਸੀ ਨਾ ਇਹਨੂੰ ਵੀ ਤਿਆਰ ਕਰਦੇ ਹੋਏ। ਹਾਂ, ਤੇ ਇਹ ਤਾਂ ਪਾਈਆਂ ਨੇ ਬਾਈ ਨੇ ਕਿਉਂਕਿ ਖੁਰੀ ਲੱਗੀ ਹੁੰਦੀ ਆ ਪੈਰ 'ਤੇ, ਪਿਛਲਾ ਪੈਰ ਅਗਲੇ ਪੈਰ ਨਾਲ ਘੋੜੀ ਮਾਰਨ ਲੱਗ ਜਾਂਦੀ ਆ, ਅਤੇ ਇਹਦੇ ਨਾਲ ਦੂਰ ਦੂਰ ਰੱਖਦੀ ਆ। ਇਹ ਨੇ ਮਿੱਤਰੋ ਕੜਕਨਾਥ ਮੁਰਗੀਆਂ। ਸੁੱਖੀ ਕਦੇ ਕਦੇ ਇਹਨਾਂ ਨੂੰ ਪਤੀਲੀ 'ਚ ਵੀ ਪਾ ਲੈਂਦਾ ਹੁੰਦਾ। ਬਾਈ ਜੀ ਹੁਣੇ ਵੀ ਪਹੁੰਚ ਗਏ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਜੀ? ਹਾਂਜੀ, ਕੀ ਹਾਲ ਹੈ ਦਵਿੰਦਰ? ਠੀਕ ਹੈ ਵੀਰੇ, ਬਹੁਤ ਵਧੀਆ। ਅਤੇ ਬਾਈ ਨੇ ਮੈਨੂੰ ਕਾਲ ਕੀਤੀ, ਕਹਿੰਦਾ ਦਵਿੰਦਰ ਗੁਰਪ੍ਰੀਤ ਕਹਿੰਦਾ ਵੀ ਵਛੇਰੀ ਪਾਸ ਆ, ਅਤੇ ਮੈਂ ਤਾਂ ਘੱਟ ਵੱਧ ਹੀ ਬਹਿਣਾ, ਵੀ ਤੂੰ ਹੀ ਬਹਿ ਕੇ ਉੱਪਰ ਪਾਸ ਕਰ, ਹੈ ਨਾ ਵੀਰੇ? ਹਾਂਜੀ ਹਾਂਜੀ। ਅਤੇ ਅੱਜ ਫਿਰ ਆਪਾਂ ਬਹਿ ਕੇ ਦੇਖਣਾ। ਹਾਂ, ਸੋਹਣਾ ਵੀ ਲੱਗਦਾ ਜੋ ਉੱਪਰ ਉੱਪਰ ਬੈਠੇ ਨਾ। ਠੀਕ ਹੈ ਜੀ, ਚੱਲ ਬਾਕੀ ਅੱਜ ਆਪਾਂ ਦੇਖਦੇ ਹਾਂ ਗੁਰਪ੍ਰੀਤ ਦਾ, ਹੈ ਨਾ ਕਮਾਲ? ਕਮਾਲ। ਹਾਂ, ਤੇ ਫਿਰ ਅੱਗੇ ਵੀ ਚਾਰ ਭਾਈ ਦੇਖਣਗੇ। ਹਾਂ, ਤਾਂ ਹੀ ਗੱਲ ਬਣਦੀ ਹੈ, ਕਿਉਂਕਿ ਜਿਹਨੇ ਦੋਸਤੋ ਪਿਛਲਾ ਬਲੌਗ ਨਹੀਂ ਦੇਖਿਆ ਤਾਂ ਸਾਡਾ ਪਿਛਲਾ ਬਲੌਗ ਦੇਖ ਲਿਓ। ਉਦੋਂ ਬਾਈ ਸੁੱਖੀ ਨੇ ਵੀ ਸਿੱਧਾ ਖਰੀਆਂ ਗੱਲਾਂ ਕਰੀਆਂ ਸੀ ਵੀ ਠੀਕ ਆ ਵੀ ਆਪਾਂ ਆਪਣੇ ਮੂੰਹੋਂ ਐਵੇਂ ਤਾਰੀਫ ਕਰੀ ਜਾਈਏ ਉਹਦਾ ਕੋਈ ਫਾਇਦਾ ਨਹੀਂ ਹੈਗਾ, ਅਗਲਾ ਕੰਮ ਦੇਖਦਾ। ਅਤੇ ਅੱਜ ਵਛੇਰੀ ਇਹ ਤੋਰਨੀ ਆਪਾਂ ਨੇ, ਉਹ ਬਲੌਗ ਦੇ ਵਿੱਚ ਅਸੀਂ ਕਿਹਾ ਸੀ ਜਿੱਦੇ ਵਛੇਰੀ ਪਾਸ ਹੋਊਗੀ ਤੁਹਾਨੂੰ ਦਿਖਾਵਾਂਗੇ ਅਸੀਂ। ਦੇਖੀ ਵੀਰੇ ਤੋਰ ਕੇ ਫਿਰ ਸੁੱਖੀ? ਹਾਂ ਦੇਖੋ ਜੀ। ਚਲੋ ਵੀਰੇ, ਲਓ ਬਾਬਾ ਜੀ ਦਾ ਨਾਮ ਲੈ ਕੇ ਪਰਮਾਤਮਾ ਦਾ ਨਾਮ ਬਹਿ ਜਾ ਕਰਾਂ ਛਾਲ ਮਾਰ ਕੇ। ਜੈ ਹੋ ਗੁਰੂ ਮਹਾਰਾਜ ਕੀ ਜੈ, ਨਾਮ ਦਾ ਬਸ ਕਮਲੀ ਹੋ ਚੱਲੀ ਹੈ। ਆ ਜਾਓ ਜੀ ਮਾਨ ਸਾਹਿਬ। ਚਲੋ ਜੀ, ਚੱਲ ਬੇਟਾ। Thank you.
ਛੋਟੀ ਚਾਲ ਨੂੰ ਰੁਹਾਲ ਚਾਲ ਕਹਿੰਦੇ ਵੀਰੇ। ਲੈ ਵੀ ਰੁਹਾਲ ਚਾਲ ਚੈੱਕ ਕਰੋ, ਇਹ ਛੋਟੀ ਚਾਲ ਹੈ, ਇਕੱਲੀ ਇਕੱਲੀ ਆਵਾਜ਼ ਆਉਂਦੀ ਹੈ ਘੋੜੀ ਦੇ ਪੈਰਾਂ ਦੀ। ਇਹ ਹੈ ਜੀ ਬੜੀ ਚਾਲ। ਬਾਕੀ ਮਿੱਤਰੋ ਕਮੈਂਟ ਕਰਕੇ ਤੁਸੀਂ ਦੱਸੇ ਹੁਣ, ਠੀਕ ਹੈ ਬਾਈ ਗੁਰਪ੍ਰੀਤ ਨੇ ਤੋਰੀ ਆ ਅਤੇ ਸੁੱਖੀ ਵੀਰਿਆ ਕਹਿੰਦਾ ਵੀ ਹੁਣ ਤੂੰ ਵੀ ਤੋਰ ਕੇ ਦੇਖ, ਹੈ ਨਾ, ਅਤੇ ਬਾਕੀ ਆਪਾਂ ਪਾਸ ਕਰਕੇ ਦੇਖਦੇ ਹਾਂ। ਵੀਡੀਓ ਤੁਸੀਂ ਬਣਾਇਓ, ਓਕੇ। ਲਓ ਜੀ ਬਛੇਰੀ ਸੋਹਣਾ ਤੁਰਦੀ ਆ, ਠੀਕ ਹੈ। ਬਾਕੀ ਸਾਰੇ ਤੁਸੀਂ ਦੱਸਣਾ ਵੀ ਕਿਵੇਂ ਤੁਰਦੀ ਆ ਸਾਰਿਆਂ ਨੇ। ਅਤੇ ਬਛੇਰੀ ਦੇ ਡਿਸਕ ਬ੍ਰੇਕ ਬਹੁਤ ਸੋਹਣੇ ਨੇ, ਡਿਸਕ ਬ੍ਰੇਕ ਤੁਹਾਨੂੰ ਮਰਵਾ ਕੇ ਦਿਖਾਵਾਂ ਮੈਂ। ਗੁਰਪ੍ਰੀਤ ਮੈਂ ਇੱਧਰੋਂ ਮੋੜ ਕੇ ਲੈ ਕੇ ਆਉਣਾ, ਤੂੰ ਖੜ ਕੇ ਵੀਡੀਓ ਬਣਾਈ। ਚੱਲ ਬੇਟਾ ਬਸ ਲਓ, ਥਾਂ ਦੀ ਜਾਮ ਹੁੰਦੀ ਆ ਜਮ੍ਹਾਂ ਥਾਂ 'ਤੇ। ਲਓ ਵੀ ਦੋਸਤੋ ਦੁਬਾਰਾ ਆਪਾਂ ਗੁਰਪ੍ਰੀਤ ਸਵਾਰ ਨੂੰ ਬਿਠਾਉਂਦੇ ਹਾਂ, ਅਤੇ ਬਛੇਰੀ ਜਿੱਥੋਂ ਰੇਵੀਆ ਤੁਰ ਪੈਂਦੀ ਆ ਇਹ ਥੋੜ੍ਹੀ ਆ ਵੀ ਰੇਵੀਆ ਤੋੜ ਦੂ, ਕਿਲੋਮੀਟਰ ਤੋਰੀ ਆ ਰੇਵੀਆ ਜਮਾਂ ਡੁੱਟਿਆ ਜਾ।
ਆ ਜਾਓ ਜੀ, ਮੋੜ ਲਿਆਓ, ਗਰਮੀ ਬਹੁਤ ਜ਼ਿਆਦਾ ਆ। ਆਹ ਆ ਗਈ, ਆਹ ਸਮਾਰੂਗੀ ਬਛੇਰੀ ਨੂੰ ਲੈ ਕੇ ਵਾਪਸ ਆਪਾਂ ਘਰ ਆ ਗਏ ਜੀ, ਅਤੇ ਬਾਈ ਗੁਰਪ੍ਰੀਤ ਖੜਿਆ, ਗੱਲਬਾਤ ਕਰਦੇ ਹਾਂ ਆਪਾਂ ਬਛੇਰੀ 'ਤੇ। ਵੀਰੇ ਜਿਵੇਂ ਤੁਸੀਂ ਦੱਸਿਆ 15 ਸਵਾਰੀਆਂ ਲੱਗੀਆਂ, ਅਤੇ ਹੁਣ ਤੱਕ ਦਾ ਇਹਦੇ ਨਾਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਬਾਈ? ਬਹੁਤ ਵਧੀਆ ਐਕਸਪੀਰੀਅੰਸ ਰਿਹਾ ਵੀਰ ਜੀ। ਹਾਂ, ਸਹੀ ਤਰੀਕੇ ਨਾਲ ਬਸ ਥੋੜ੍ਹਾ ਥੋੜ੍ਹਾ ਕਰਕੇ ਤੋਰਦੇ। ਅਤੇ ਬਾਈ ਇਹਨੂੰ 15 ਸਵਾਰੀਆਂ ਦੇ ਵਿੱਚ ਹੈ ਨਾ ਤੋਰਨ ਦੇ ਵਿੱਚ ਕਿੰਨੀ ਕੁ ਦਿੱਕਤ ਆਈ, ਕਿੰਨੀ ਕੁ ਆਸਾਨ ਇਹ ਤੁਰ ਪਈ? ਵੀਰ ਜੀ ਦਿੱਕਤ ਤਾਂ ਤੁਹਾਨੂੰ ਪਤਾ ਹੀ ਆ ਵੀ ਦਿੱਕਤ ਤਾਂ ਦੇਖੋ, ਜਾਨਵਰ ਜਦ ਆਪਾਂ ਰਾਹ ਪਾਉਣਾ ਕਿਸੇ ਫਿਰ ਦਿੱਕਤ ਤਾਂ ਆਉਂਦੀ ਹੋ ਭਰਾ। ਹਾਂਜੀ, ਥੋੜ੍ਹਾ ਆਪਦੇ ਆਪ ਨੂੰ ਵੀ ਸੈੱਟ ਕਰਕੇ ਰੱਖਣਾ ਪੈਂਦਾ, ਆਪਦੇ ਕਣੀ ਵੀ ਦੇਖਣਾ ਪੈਂਦਾ, ਜਾਨਵਰ ਕਣੀ ਵੀ ਦੇਖਣਾ ਪੈਂਦਾ ਵੀ ਜਿਹੜੀ ਮਿਹਨਤ ਘੋੜੇ ਨੇ ਬਛੇਰੀ ਨੇ ਵਧੀਆ ਮਿਹਨਤ ਲੈਤੀ ਆ, ਤਾਂ ਦੀ ਜਾ ਕੇ ਬਛੇਰੀ ਥੋੜ੍ਹੀ ਸੰਪੂਰਨ ਹੋਈ ਹੈ। ਅਤੇ ਬਾਈ ਇੱਕ ਗੁਰਪ੍ਰੀਤ ਮੈਨੂੰ ਹੋਰ ਗੱਲ ਦੱਸੋ, ਜਿਵੇਂ ਇਹ ਸੀਗੀ ਬਛੇਰੀ ਹੈ ਨਾ, ਜਾਂ ਬਛੇਰਾ ਵੀ ਤੁਸੀਂ ਤੋਰਦੇ ਹੋ ਜਿਵੇਂ ਆਪਣਾ ਫਤਿਹ ਬਛੇਰੇ ਨਾਲ, ਠੀਕ ਆ, ਉਸ ਵਾਰੀ ਆਪਾਂ ਤੁਸੀਂ ਸੱਟ ਲੱਗਣ ਤੋਂ ਵੀ ਬਚ ਗਏ ਉਦਣ, ਚਲੋ ਪਰਮਾਤਮਾ ਨੇ ਰੱਖਤੇ ਹੈ ਨਾ, ਚਲੋ ਇਹ ਤੁਹਾਡੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਪਹਿਲਾਂ ਵੀ ਬਹੁਤ ਕੁਛ ਹੋਇਆ ਤੁਸੀਂ ਦੱਸਿਆ, ਅਤੇ ਤੁਹਾਡੀ ਕਿਉਂਕਿ ਲਾਈਨ ਇਹੋ ਜਿਹੀ ਹੈ, ਕੰਮ ਇਹੋ ਜਿਹਾ ਹੈ ਨਾ, ਅਤੇ ਘੋੜਾ ਜ਼ਿਆਦਾ ਤੋਰਨਾ ਆਸਾਨ ਆ ਜਾਂ ਘੋੜੀ? ਵੀਰ ਜੀ ਘੋੜੀਆਂ ਤੋਰਨੀਆਂ ਆਸਾਨ ਨੇ, ਘੋੜੇ ਥੋੜ੍ਹੇ ਜਿਹੇ ਅੜਬ ਹੁੰਦੇ ਨੇ। ਹਾਂਜੀ, ਇਹਦੇ ਵਿੱਚੋਂ 10% ਘੋੜੇ ਇਹੋ ਜਿਹੇ ਹੁੰਦੇ ਨੇ ਵੀ ਜਿਹੜੇ ਛੇਤੀ ਲਾਈਨ 'ਤੇ ਚੜ੍ਹ ਜਾਣ, 90% ਘੋੜੇ ਜਿਹੜੇ ਆਸਾਨ ਹੁੰਦੇ ਨੇ, ਜਾਂ ਕੋਈ ਨਰ ਵੀ ਕੋਈ ਵੀ ਚਾਹੇ ਆਸਾਨ ਆ, ਕੋਈ ਛੋਟਾ ਵੱਡਾ, ਥੋੜ੍ਹਾ ਜਿਹਾ ਇਹ ਗਰਮ ਮਿਜਾਜ ਦੇ ਹੁੰਦੇ ਨੇ ਔਰ ਥੋੜ੍ਹੇ ਜਿਹੇ ਮਰਦਾਨਗੀ ਮਿਜਾਜ ਦੇ ਹੁੰਦੇ ਨੇ, ਇਸ ਕਰਕੇ ਘੋੜਾ ਥੋੜ੍ਹਾ ਜਿਹਾ ਤੋਰਨਾ ਮੁਸ਼ਕਲ ਹੈ। ਅਤੇ ਦੋਸਤੋ ਬਾਈ ਉਹਨਾਂ ਦਾ ਕਹਿਣਾ ਵੀ ਘੋੜਾ ਥੋੜ੍ਹਾ ਜਿਹਾ ਮੁਸ਼ਕਲ ਆ, ਪਰ ਤੋਰ ਉਹ ਵੀ ਦਿੰਦੇ ਆ, ਠੀਕ ਹੈ। ਬਾਕੀ 2 ਘੋੜੇ ਅੰਕਲ ਜੀ ਉਹਨਾਂ ਦੇ ਪਿੰਡ 'ਚ ਤੈਰੇ, ਚਾਲ ਪਾਈ ਜਾਂਦਾ ਵੀਰਾ, ਉਹਨਾਂ ਦੀ ਵੀ ਆਪਾਂ ਵੀਡੀਓ ਜਲਦੀ ਲੈ ਕੇ ਆਵਾਂਗੇ। ਸਰਪੰਚ ਘੋੜਾ ਚੰਗਾ ਤੁਰਿਆ? ਹਾਂ ਜੀ ਹਾਂ, ਵਧੀਆ ਸੋਹਣਾ ਤੁਰ ਪਿਆ, ਜਿਹੋ ਜਿਹਾ ਆਪਣੀ ਉਮੀਦ ਕਰਦੇ ਤੇ ਉਦੋਂ ਵੱਡਾ ਘੋੜਾ 67-68 ਇੰਚ ਦਾ। ਹਾਂਜੀ, ਜਿੱਦਾਂ ਕਿ ਉਹੋ ਜਿਹੀ ਉਮੀਦ ਕਰਦੇ ਤੇ ਆਪਾਂ ਉਹ ਹਿਸਾਬ ਨਾਲ ਵਧੀਆ ਚੱਲ ਰਿਹਾ। ਬਾਕੀ ਫਤਿਹ 'ਤੇ ਪ੍ਰੋਸੈਸ ਵੀਰ ਜੀ ਚੱਲ ਰਿਹਾ, ਹਜੇ ਮਾੜਾ ਮੋਟਾ ਪੈਰ ਲੱਗ ਗਿਆ ਦੇਣ ਫਤਿਹ। ਅੱਛਾ, ਬਾਕੀ ਜਦ ਕੰਪਲੀਟ ਹੋ ਤੁਹਾਡੇ ਥਰੂ ਚੈਨਲ ਦੇ ਥਰੂ। ਅਤੇ ਬਾਕੀ ਦੋਸਤੋ ਰਿਜ਼ਲਟ ਤੁਸੀਂ ਅੱਜ ਦੇਖ ਹੀ ਲਿਆ, ਜਿੰਨੇ ਵੀ ਆਪਣੇ ਚੈਨਲ 'ਤੇ ਪਹਿਲਾਂ ਬਾਈ ਦੀਆਂ ਵੀਡੀਓ ਪਾਈਆਂ ਹੋਈਆਂ ਨੇ, ਸੋ ਮੇਰਾ ਫਰਜ਼ ਬਣਦਾ ਵੀ ਮੈਂ ਸਾਰੀਆਂ ਘੋੜੀਆਂ ਕਲੀਅਰ ਕਰਾ ਕੇ ਵੀਡੀਓ ਬਣਾਵਾਂ, ਸੋ ਤੁਸੀਂ ਕਮੈਂਟ ਕਰਨਾ ਨਾ ਭੁੱਲਿਓ, ਠੀਕ ਹੈ, ਬਾਈ ਦੀ ਮਿਹਨਤ ਨੂੰ ਅਤੇ ਘੋੜੀ ਕਿਵੇਂ ਤੁਰੀ। ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ, ਚੰਗਾ ਜੀ, ਰੱਬ ਰੱਖਾ।